ਹਰ ਨਾਗਰਿਕ ਤੱਕ ਆਜ਼ਾਦੀ ਦਾ ਰਸ ਪਹੁੰਚਾਉਣ ਵਾਸਤੇ ਆਪਣੇ ਵੱਲੋਂ ਹਰ ਉਪਰਾਲਾ ਕਰਦੇ ਰਹਾਂਗੇ। ਜੈ ਭਾਰਤ। ਅੱਜ ਅਸੀਂ ਰਾਣਾ ਹਸਪਤਾਲ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਹੈ। ਅਸੀਂ ਦਿਲ ਤੋਂ ਇਹ ਪੂਰੀ ਕੋਸ਼ਿਸ਼ ਕਰਾਂਗੇ, ਅਸੀਂ ਔਰ ਸਾਡਾ ਪੂਰਾ ਪਰਿਵਾਰ, ਯਾਨੀ ਪੂਰੇ ਸਾਡੇ ਸਟਾਫ ਦੇ ਮੈਂਬਰ, ਸਾਡੇ ਪਰਿਵਾਰ ਦੇ ਸਾਰੇ ਮੈਂਬਰ ਜੋ ਸਾਡੇ ਨਾਲ ਹੈ, ਕਿ ਅਸੀਂ ਜੋ ਸਮਾਜ ਲਈ ਕੋਸ਼ਿਸ਼ ਕਰ ਸਕਦੇ ਹਾਂ ਆਪਣੇ ਵੱਲੋਂ, ਜੋ ਅੱਛੇ ਤੋਂ ਅੱਛੀ ਕੋਸ਼ਿਸ਼ ਅਸੀਂ ਕਰ ਸਕਦੇ ਹਾਂ, ਜੋ ਕੰਟਰੀਬਿਊਸ਼ਨ ਆਪਣੇ ਵੱਲੋਂ ਅਸੀਂ ਤਹਿ ਦਿਲ ਤੋਂ ਕੋਸ਼ਿਸ਼ ਕਰਾਂਗੇ, ਜੋ ਬੈਸਟ ਅਸੀਂ ਕਰ ਸਕਦੇ ਹਾਂ ਅਸੀਂ ਜ਼ਰੂਰ ਕਰੀਏ। ਥੈਂਕ ਯੂ ਵੈਰੀ ਮੱਚ। ਅੱਜ ਰਾਣਾ ਪਰਿਵਾਰ ਵੱਲੋਂ ਰਾਣਾ ਹੋਸਪਿਟਲ ਵਿਖੇ ਅੱਜ ਜਿਹੜਾ ਆਜ਼ਾਦੀ ਦਾ ਦਿਵਸ ਮਨਾਇਆ ਗਿਆ, ਝੰਡਾ ਲਹਿਰਾਇਆ ਗਿਆ, ਮੈਂ ਇਸ ਗੱਲੋਂ ਇਸ ਪਰਿਵਾਰ ਦੀ ਪ੍ਰਸ਼ੰਸਾ ਵੀ ਕਰਦਾ ਕਿ ਇਹਨਾਂ ਨੇ ਦੇਸ਼ ਭਗਤੀ ਦਾ ਸਬੂਤ ਦਿੱਤਾ। ਜਿੱਥੇ ਜਿਹੜੇ ਸੂਰਵੀਰਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਨੂੰ ਯਾਦ ਕੀਤਾ, ਯਾਦ ਕਰਨਾ ਵੀ ਚਾਹੀਦਾ, ਹਰ ਦੇਸ਼ ਨਿਵਾਸੀ ਦਾ ਇਹ ਫਰਜ਼ ਵੀ ਬਣਦਾ ਹੈ। ਜਿਵੇਂ ਦੇਸ਼ ਦੇ 72ਵੇਂ ਸੁਤੰਤਰਤਾ ਦਿਵਸ ਦੀ ਮੈਂ ਆਪਣੇ ਪਰਿਵਾਰ ਟੀਮ ਰਾਣਾ ਹੋਸਪਿਟਲ ਡਾਕਟਰ ਸਾਹਿਬ ਵੱਲੋਂ, ਸਾਰਿਆਂ ਵੱਲੋਂ, ਸਾਰੇ ਸਟਾਫ ਮੈਂਬਰਸ ਵੱਲੋਂ, ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਔਰ ਇੱਥੋਂ ਦੇ ਆਏ ਹੋਏ ਸਾਰੇ ਮੋਹਤਬਰ ਬੰਦਿਆਂ ਨੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇਹ ਮੌਕਾ ਦਿੱਤਾ ਔਰ ਸਾਡੇ ਕੀਤੇ ਹੋਏ ਇਸ ਕੰਮ ਦੀ ਸ਼ਲਾਘਾ ਕੀਤੀ।